ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ, ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਤੇ ਮਨੀਗ੍ਰਾਮ ਨੇ। ਟਾਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸੂਝਵਾਨ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜੀ ਮੁੱਖ ਮੰਤਰੀ ਸਾਹਿਬ ਦੀ। ਭਗਵੰਤ ਮਾਨ ਹੋਰਾਂ ਨੇ ਕਹਿੰਦੇ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਜੀ ਕਿ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੀ ਗਿਣਤੀ ਕਾਫੀ ਆ। ਦੂਜੀ ਗੱਲ ਇਹ ਆ ਵੀ ਇਹਨਾਂ ਟੋਲ ਪਲਾਜ਼ਿਆਂ ਦੇ ਕਰਕੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਬਹੁਤ ਪੈਂਦਾ। ਤੀਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਦੀ ਗਿਣਤੀ ਘਟਣ ਦੀ ਥਾਂ ਦੇ ਉੱਤੇ ਲਗਾਤਾਰ ਵਧਣ ਦੀਆਂ ਖਬਰਾਂ ਸਮੇਂ ਸਮੇਂ ਤੇ ਆਉਂਦੀਆਂ। ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਵੀ ਇਹ ਟੋਲ ਪਲਾਜ਼ੇ ਅੱਜ ਲੋਕਾਂ ਦੀ ਜੇਬ ਨੂੰ ਇੰਨਾ ਦੁੱਖ ਦਿੰਦੇ ਆ ਕਿ ਓਨੇ ਕੁ ਦਾ ਤੇਲ ਪੈਂਦਾ ਜਦੋਂ ਅਸੀਂ ਕਿਸੇ ਪਾਸੇ ਜਾਣਾ ਹੁੰਦਾ ਤੇ ਓਨੇ ਦਾ ਟੋਲ ਲੱਗ ਜਾਂਦਾ। ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਜੇਕਰ 15-20-25 ਕਿਲੋਮੀਟਰ ਸੜਕ ਪੱਧਰੀ ਆ ਜੇ, ਸੋਹਣੀ ਆ ਜੇ, ਤਾਂ ਇਹਦਾ ਮਤਲਬ ਇਹ ਹੈ ਜੀ ਕਿ ਅੱਗੇ ਟੋਲ ਪਲਾਜ਼ਾ ਹੈਗਾ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਇਹਦਾ ਮਤਲਬ ਇਹ ਹੈ ਕਿ ਉੱਥੇ ਟੋਲ ਪਲਾਜ਼ਾ ਹੈ ਨੀਗਾ। ਇਹਦਾ ਮਤਲਬ ਇਹ ਹੋਵੇ ਵੀ ਸਰਕਾਰਾਂ ਨੇ ਆਪਣੇ ਹਿੱਸੇ ਦੀਆਂ ਜ਼ਿੰਮੇਵਾਰੀਆਂ ਪ੍ਰਾਈਵੇਟ ਲੋਕਾਂ ਨੂੰ ਦੇ ਦਿੱਤੀਆਂ ਤੇ ਸਰਕਾਰ ਦਾ ਸੜਕਾਂ ਦੇ ਮਾਮਲੇ 'ਚ ਕੋਈ ਯੋਗਦਾਨ ਨਹੀਂ। ਜੇ ਹੁਣ ਸਰਕਾਰ ਦਾ ਕੋਈ ਮੰਤਰੀ ਇਹ ਗੱਲ ਕਹੇ ਕਿ ਅਸੀਂ ਲਿੰਕ ਸੜਕਾਂ ਬਣਾਉਂਦੇ ਹਾਂ, ਤੇ ਜਿੰਨੇ ਵੀ ਸਾਡੇ ਨਿਊਜ਼ੀਲੈਂਡ ਦੇ ਵਿੱਚ ਵਸਦੇ ਭੈਣਾਂ ਵੀਰ ਆ ਜਿਹੜੇ 4 ਸਾਲ ਪਹਿਲਾਂ ਵੀ ਪੰਜਾਬ ਆਏ ਸੀ ਜਾਂ 4 ਮਹੀਨੇ ਪਹਿਲਾਂ ਆਏ ਸੀ, ਜਿਹੜੇ ਸਾਲ ਦੇ ਵਿੱਚ 2 ਵਾਰੀ ਜਾਂ 2 ਸਾਲਾਂ ਦੇ ਵਿੱਚ 1 ਵਾਰੀ ਆਏ ਆ, ਉਹ ਆਪੋ ਆਪਣੇ ਪਿੰਡ ਦੀ ਸੜਕ ਦੇ ਬਾਰੇ ਦੱਸ ਦੇਣ ਕਿ ਭਾਈ ਕਿੰਨੀ ਕੁ ਸੋਹਣੀ ਸੜਕ ਆ, ਉਹਨਾਂ ਦੇ ਪਿੰਡ ਨੂੰ ਦੂਜੇ ਪਿੰਡ ਨਾਲ ਜੋੜਦੀ ਸੜਕ ਦਾ ਲਿੰਕ ਸੜਕ ਦਾ ਹਾਲ ਕੀ ਆ। ਸੋ ਸੜਕਾਂ ਦਾ ਬਹੁਤ ਬੁਰਾ ਹਾਲ ਆ। ਸੜਕ ਸਿਰਫ ਉਹ ਚੰਗੀ ਜਿਹੜੀ ਕਿ ਨਿੱਜੀ ਹੱਥਾਂ 'ਚ ਆ, ਜਿਹਦੇ ਹੱਥਾਂ ਦੇ ਵਿੱਚ ਉਹਨੇ ਰੁਪਈਏ ਵੀ ਉਗਰਾਉਣੇ ਆ ਤੇ ਉਹ ਫਿਰ ਚਮਦਗਾਂ ਚਲਾਉਂਦਾ, ਉਹ ਆਪਦੀ ਮਰਜ਼ੀ ਦੇ ਮੁਤਾਬਕ ਰੁਪਈਏ ਉਗਰਾਉਂਦਾ। ਇਹ ਸਾਡੇ ਦੇਸ਼ ਦੇ ਵਿੱਚ ਸੜਕੀ ਜਿਹੜੇ ਸਿਸਟਮ ਦਾ ਹਾਲ ਬਣਿਆ ਪਿਆ। ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਹਿਲਾਂ ਧੂਰੀ ਵਾਲੇ ਪਾਸਿਓਂ 2 ਟੋਲ ਪਲਾਜ਼ੇ ਬੰਦ ਕਰਵਾਏ ਗਏ ਸੀ। ਲੰਘੇ ਕੱਲ ਹੁਸ਼ਿਆਰਪੁਰ ਦੇ ਵਿੱਚ ਲਾਚੋਵਾਲ ਵਾਲਾ ਟੋਲ ਪਲਾਜ਼ਾ ਜਿਹੜਾ ਉਹ ਵੀ ਬੰਦ ਕਰਵਾਇਆ ਗਿਆ ਕਿਉਂਕਿ ਇਹਦੀ ਮਿਆਦ ਆ ਜਿਹੜੀ ਉਹ 14 ਦਸੰਬਰ ਤੱਕ ਦੀ ਸੀ। ਭਗਵੰਤ ਮਾਨ ਨੇ ਗੱਲ ਕਹੀ ਹੈ ਜੀ ਕਿ ਇਹਨਾਂ ਦੇ ਵੱਲੋਂ ਸਾਨੂੰ ਇਹ ਗੱਲ ਕਹੀ ਗਈ ਸੀ ਕਿ 500 ਦਿਨ ਤੋਂ ਵੱਧ ਸਾਨੂੰ ਸਮਾਂ ਹੋਰ ਦਿਓ ਕਿਉਂਕਿ ਕਿਸਾਨ ਅੰਦੋਲਨ ਦੇ ਕਰਕੇ ਵੀ ਸਾਨੂੰ ਘਾਟਾ ਪਿਆ ਤੇ ਲਾਕਡਾਊਨ ਦੇ ਕਰਕੇ ਵੀ ਸਾਨੂੰ ਘਾਟਾ ਪਿਆ ਤੇ ਅਸੀਂ ਉਸ ਘਾਟੇ ਦੀ ਭਰਪਾਈ ਕਰਨੀ ਆ। ਉਹ ਕਹਿੰਦੇ ਵੀ ਅਸੀਂ ਇਸ ਗੱਲ ਦੇ ਉੱਤੇ ਸਹੀ ਨਹੀਂ ਪਾਈ, ਇਸ ਕਰਕੇ ਅਸੀਂ ਤਾਂ ਇਹ ਗੱਲ ਮੰਨੀ ਨਹੀਂ ਤੇ ਅਸੀਂ ਇਹ ਟੋਲ ਪਲਾਜ਼ਾ ਬੰਦ ਕਰ ਦਿੱਤਾ ਤੇ ਭਵਿੱਖ ਦੇ ਵਿੱਚ ਹੋਰ ਵੀ ਕਰਾਂਗੇ ਜਿਹੜੇ ਕਿ ਨਿਯਮਾਂ ਤੋਂ ਉਲਟਾ। ਸੋ ਪਹਿਲੀ ਗੱਲ ਤਾਂ ਇਹ ਜੀ ਕਿ ਜੇਕਰ ਇਹ ਜਿਹੜੇ ਟੋਲ ਪਲਾਜ਼ਿਆਂ ਨੂੰ ਘਾਟਾ ਪਿਆ ਉਸ ਵੇਲੇ ਜਦੋਂ ਕੋਰੋਨਾ ਮਹਾਂਮਾਰੀ ਸੀ ਤੇ ਉਦੋਂ ਪੰਜਾਬ ਦੇ ਤੇ ਦੇਸ਼ ਦੇ ਲੋਕਾਂ ਨੂੰ ਕਿਹੜੇ ਪਾਸਿਓਂ ਮੁਨਾਫਾ ਹੋਇਆ, ਫਿਰ ਇਹਦੇ ਬਾਰੇ ਦੱਸ ਦਿਓ। ਜੇ ਤੁਹਾਨੂੰ ਘਾਟਾ ਪਿਆ ਤੇ ਬਾਕੀ ਸਾਰੇ ਲੋਕਾਂ ਨੂੰ ਵੀ ਤਾਂ ਘਾਟਾ ਪਿਆ, ਤੁਸੀਂ ਤਾਂ ਪੈਸੇ ਵਾਲੇ ਲੋਕ ਆ, ਬਾਕੀਆਂ ਨੇ ਤਾਂ ਪੈਸੇ ਖਰਚਣੇ ਆ ਭਾਈ, ਲੋਕ ਤਾਂ ਲੁੱਟੇ ਪੁੱਟੇ ਗਏ, ਲੋਕ ਤਾਂ ਮਰਨ ਦਾ ਰਾਹ ਲੱਭਦੇ ਆ ਤੇ ਤੁਹਾਨੂੰ ਇਹ ਵੀ ਭਾਈ ਰੁਪਈਏ ਅਸੀਂ ਹੋਰ ਕਮਾ ਲਈਏ। ਹੁਣ ਉਸ ਤੋਂ ਅਗਲੀ ਗੱਲ ਇੱਕ ਹੋਰ ਮਹੱਤਵਪੂਰਨ ਹੈ ਕਿ ਜਿਸ ਤਰੀਕੇ ਦੇ ਨਾਲ ਸਾਡੇ ਦੇਸ਼ ਦੇ ਵਿੱਚ ਮਰਜ਼ੀ ਦੇ ਮੁਤਾਬਕ ਹੀ ਟੋਲ ਉਗਰਾਇਆ ਜਾਂਦਾ, ਇਹ ਬੜੀ ਚਿੰਤਾਜਨਕ ਗੱਲ ਆ। ਸੋ ਗੁੰਡਾਗਰਦੀ ਹੈ ਜਿਹੜੀ ਉਹ ਟੋਲ ਪਲਾਜ਼ਿਆਂ ਤੇ ਆਮ ਹੁੰਦੀ ਹੈ, ਬਦਮਾਸ਼ੀ ਕਰਦੇ ਉਹ। ਸੋ ਇਹਨਾਂ ਗੱਲਾਂ ਦੇ ਵੱਲ ਗੌਰ ਕਰਨੀ ਚਾਹੀਦੀ ਹੈ। ਪਰ ਗੱਲ ਇਹ ਹੈ ਵੀ ਬਹੁਤ ਸਾਰੇ ਰਾਜਨੀਤਿਕ ਨੇਤਾਵਾਂ ਦੀ ਉੱਤੇ ਤੱਕ ਅੰਗਲੀ ਸੰਗਲੀ ਜਿਹੜੀ ਰਲੀ ਹੈ, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਸਾਰਾ ਕੁਝ ਹੋਈ ਜਾਂਦਾ, ਇਹ ਸਾਰਾ ਕੁਝ ਹੋਣਾ ਨਹੀਂ ਚਾਹੀਦਾ। ਮੈਂ ਕਦੇ ਕਦੇ ਹੈਰਾਨ ਹੁੰਦਾ ਇਸ ਗੱਲ ਦੇ ਉੱਤੇ ਵੀ ਬਾਹਰਲੇ ਮੁਲਕਾਂ ਦੇ ਵਿੱਚ, ਇੰਗਲੈਂਡ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਵੀ ਜੇਕਰ ਕਿਸੇ ਨੇ ਸਿੱਧਾ ਲੰਘਣਾ ਟੋਲ ਤੋਂ ਤਾਂ ਉਹਦਾ ਭਾਈ ਆਹ ਮੁੱਲ ਆ, ਤੇ ਜੇਕਰ ਕੋਈ ਉਧਰਲੇ ਪਾਸੇ ਨਹੀਂ ਲੰਘਣਾ ਚਾਹੁੰਦਾ ਤਾਂ ਉਹਦੇ ਲਈ ਆਹ ਇੱਕ ਬਦਲਵੀਂ ਸੜਕ ਆ, ਉਹ ਪਰ 5-7 ਕਿਲੋਮੀਟਰ ਉਹਨੂੰ ਸਫ਼ਰ ਲੰਮਾ ਪੈ ਸਕਦਾ। ਸਾਡੇ ਭਾਰਤ ਦੇ ਵਿੱਚ ਤੇ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਤਾਂ ਇਹ ਹੈ ਵੀ ਜੇਕਰ ਕੋਈ ਹੋਰ ਪਾਸੇ ਸੜਕ ਕੱਢੇ ਤਾਂ ਜਿਵੇਂ ਦਲਬੀਰ ਗੋਲਡੀ ਨੇ ਕੱਢੀ ਸੀ ਤੇ ਫਿਰ ਉਹਦੇ ਤੇ ਪਰਚੇ 8-9 ਦਰਜ ਹੋ ਗਏ ਸੀ, ਜਿਹੜਾ ਕਿ ਇੱਥੇ ਧੂਰੀ ਤੋਂ ਸਾਬਕਾ ਵਿਧਾਇਕ ਆ ਕਾਂਗਰਸ ਦਾ। ਸੋ ਇਹ ਹੈ ਜੀ ਕਿ ਸਾਡੇ ਇੱਥੇ ਬਦਮਾਸ਼ੀ ਚੱਲਦੀ ਹੈ, ਬਦਮਾਸ਼ੀ ਦੇ ਨਾਲ ਵੀ ਭਾਈ ਤਾਂ ਪੈਸੇ ਉਗਰਾਉਣੇ ਆ। ਜੇ ਕੋਈ ਬਦਲਵੀ ਸੜਕ ਦਾ ਪ੍ਰਬੰਧ ਆ ਉੱਥੇ ਜਾ ਕੇ ਆਪਦੇ ਗੁੰਡੇ ਖੜਾ ਦਿਓ ਵੀ ਇਸ ਸੜਕ ਦੇ ਉੱਤੋਂ ਦੀ ਲੰਘੋ ਤੇ ਫਿਰ ਅਸੀਂ ਪੈਸੇ ਉਗਰਾਉਣੇ ਆ ਤੇ ਸਾਡੇ ਘਾਟੇ ਵਾਧੇ ਤਾਂ ਪੂਰੇ ਹੁੰਦੇ ਆ। ਸੋ ਭਗਵੰਤ ਮਾਨ ਸਰਕਾਰ ਨੇ ਇੱਕ ਚੰਗਾ ਕਦਮ ਚੁੱਕਿਆ ਵੀ ਜਿਹੜਾ ਉਹਨਾਂ ਦੇ ਵੱਲੋਂ ਇਹ ਟੋਲ ਪਲਾਜ਼ਾ ਬੰਦ ਕਰਵਾਇਆ ਗਿਆ। ਟੋਲ ਪਲਾਜ਼ਿਆਂ ਦੇ ਉੱਤੇ ਵੱਡੇ ਅੱਖਰਾਂ ਦੇ ਵਿੱਚ ਲਿਖ ਕੇ ਲਾਉਣਾ ਚਾਹੀਦਾ ਇਹਦੀ ਸ਼ੁਰੂਆਤ ਕਦੋਂ ਹੋਈ, ਇਹਦੀ ਸਮਾਪਤੀ ਕਦੋਂ ਹੋਣੀ ਆ, ਕਿਉਂਕਿ ਸੁਣਨ ਦੇ ਵਿੱਚ ਆਇਆ ਵੀ ਕਈ ਟੋਲ ਪਲਾਜ਼ੇ ਮਿਆਦ ਲੰਘੇ ਜਾਣ ਤੋਂ ਬਾਅਦ ਵੀ ਪੈਸੇ ਉਗਰਾਈ ਜਾਂਦੇ ਆ। ਜੀ ਬਿਲਕੁਲ, ਤੁਸੀਂ ਸਹੀ ਕਿਹਾ ਜੀ, ਮਿਆਦ ਜ਼ਰੂਰ ਲਿਖੀ ਜਾਣੀ ਚਾਹੀਦੀ ਹੈ। ਖੈਰ, ਅੱਗੇ ਵੱਧਦੇ ਹਾਂ, ਹੁਣ ਗੱਲ ਕਰਦੇ ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਨਾਲ ਮੁਲਾਕਾਤ ਹੋਈ ਹੈ ਜੀ, ਕੋਈ ਖਾਸ ਗੱਲਬਾਤ ਸਾਹਮਣੇ ਆਈ ਹੈ? ਦੇਖੋ ਜੀ, ਚੰਗੀ ਗੱਲ ਆ, ਉਹਨਾਂ ਨੇ ਮੁਲਾਕਾਤ ਕੀਤੀ ਆ, ਮੁਲਾਕਾਤ ਕਰਨੀ ਉਹਨਾਂ ਦਾ ਅਧਿਕਾਰ ਆ। ਪਰ ਗੱਲ ਇਹ ਵੀ ਇਸ ਮੁਲਾਕਾਤ ਦੇ ਵਿੱਚ ਹੋਈ ਗੱਲ ਕਿਹੜੀ ਕਿਹੜੀ ਹੈ ਇਹਦੇ ਬਾਰੇ ਕਿਸੇ ਨੂੰ ਕੋਈ ਸਪਸ਼ਟ ਜਾਣਕਾਰੀ ਨਹੀਂ ਆਈ। ਆਪਾਂ ਐਵੇਂ ਕਹਿ ਦਈਏ ਉਹਨਾਂ ਨੇ ਆਹ ਗੱਲ ਕੀਤੀ, ਪ੍ਰਧਾਨ ਮੰਤਰੀ ਨੂੰ ਆਹ ਗੱਲ ਕਹੀ, ਫਲਾਣੇ ਨੂੰ ਆਹ ਗੱਲ ਕਹੀ, ਇਦਾਂ ਦੀਆਂ ਗੱਲਾਂ ਸੱਚੀਆਂ ਨਹੀਂ ਆ।
ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਹਾਲਾਤ ਦੇ ਬਾਰੇ ਚਰਚਾ ਹੋਈ ਹੈ ਤੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਸੂਬੇ ਦੀ ਸਰਕਾਰ ਨਕਮੀ ਸਾਬਤ ਹੋਈ ਹੈ, ਗੈਂਗਸਟਰ ਬਹੁਤ ਵੱਧ ਗਏ ਆ, ਅੱਤਵਾਦ ਦਾ ਖਤਰਾ, ਪਾਕਿਸਤਾਨ ਵਾਲੇ ਪਾਸੋਂ ਡਰੋਨ ਆ ਰਹੇ ਆ, ਨਸ਼ੇ ਬਹੁਤ ਵੱਧ ਗਏ ਆ, ਹਥਿਆਰ ਬੜੇ ਆ ਰਹੇ ਆ। ਇਹਨਾਂ ਮੁੱਦਿਆਂ ਦੇ ਉੱਤੇ ਚਿੰਤਾ ਕੀਤੀ ਹੈ ਤੇ ਇਹਨਾਂ ਮੁੱਦਿਆਂ ਦੇ ਬਾਬਤ ਅਸੀਂ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਮੁਹੱਈਆ ਕਰਵਾਈ ਹੈ। ਸੋ ਪਤਾ ਨਹੀਂ ਜੀ ਵਿਚਲੀਆਂ ਗੱਲਾਂ ਹੋਰ ਕੀ ਹੋਈਆਂ ਹੋਣਗੀਆਂ, ਮੀਡੀਆ ਦੇ ਕੋਲੇ ਤਾਂ ਕੈਪਟਨ ਸਾਹਿਬ ਨੇ ਇੰਨੀ ਕੁ ਜਾਣਕਾਰੀ ਦਿੱਤੀ ਹੈ। ਕੈਪਟਨ ਸਾਹਿਬ ਨੇ ਪਹਿਲਾਂ ਆਪਣੀ ਪਾਰਟੀ ਨੂੰ ਮਰਜ਼ ਨਹੀਂ ਸੀ ਕੀਤਾ, ਬੀਜੇਪੀ ਦੇ ਵਿੱਚ ਸਹਿਯੋਗ ਦੇ ਨਾਲ ਜੱਫੀ ਦੇ ਨਾਲ ਚੋਣ ਲੜੀ ਸੀ ਵਿਧਾਨ ਸਭਾ ਦੀ, ਪਰ ਆਪ ਤੇ ਉਹਨਾਂ ਦੇ ਸਾਰੇ ਉਮੀਦਵਾਰ ਹਾਰ ਗਏ। ਉਹਨਾਂ ਦੇ ਕੋਲੇ ਰਾਹ ਕੋਈ ਨਹੀਂ ਸੀ ਵੀ ਭਾਈ ਅਸੀਂ ਕਿਹੜੇ ਪਾਸੇ ਨੂੰ ਜਾਈਏ, ਤੇ ਉਹ ਫਿਰ ਜੀ ਜਾ ਕੇ ਤੇ ਬੀਜੇਪੀ ਦੀ ਬੁੱਕਲ ਚ ਬਹਿ ਗਏ। ਹੁਣ ਬੀਜੇਪੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕੀ ਕੱਦੂ ਚ ਤੀਰ ਮਾਰੂਗੀ ਵਕਤ ਦੱਸੂਗਾ, ਪਰ ਮੈਨੂੰ ਕਦੇ ਕਦੇ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਦੇ ਵਿੱਚੋਂ ਜਿੰਨੇ ਵੀ ਬੀਜੇਪੀ ਚ ਗਏ ਆ ਉਹ ਸਾਬਕਾ ਹੀ ਆ, ਸਾਬਕਾ ਮੰਤਰੀ, ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ। ਜੇਕਰ ਉਹ ਹਰਮਨ ਪਿਆਰੇ ਹੁੰਦੇ ਤਾਂ ਸਾਬਕਾ ਨਹੀਂ, ਉਹ ਵਰਤਮਾਨ ਵੀ ਹੁੰਦੇ, ਸਮੇਂ ਦੇ ਵਿੱਚ ਸਿਟਿੰਗ MLA, ਸਿਟਿੰਗ MP, ਸਿਟਿੰਗ ਚੇਅਰਮੈਨ ਵੀ ਹੁੰਦੇ, ਪਰ ਉੱਥੇ ਤਾਂ ਸਾਰੇ ਸਾਬਕਾ ਹੀ ਆ। ਕਦੇ ਕਦੇ ਲੱਗਦਾ ਬੀਜੇਪੀ ਕਾਂਗਰਸ ਦਾ ਦੂਜਾ ਭਾਗ ਤਾਂ ਨਹੀਂ ਬਣਦੀ ਜਾ ਰਹੀ। ਸੋ ਥੱਕੇ ਹਾਰੇ ਹੰਭੇ ਤੇ ਨਕਾਰ ਦਿੱਤੇ ਗਏ ਆਗੂਆਂ ਦੇ ਨਾਲ ਬੀਜੇਪੀ ਪੰਜਾਬ ਦੇ ਵਿੱਚ ਕਿੰਨੀ ਕੁ ਉੱਚੀ ਉਡਾਰੀ ਭਰ ਸਕੂਗੀ ਇਹ ਵਕਤ ਦੱਸੂਗਾ, ਪਰ ਇਸ ਵੇਲੇ ਪੰਜਾਬ ਦੇ ਵਿੱਚ ਬੀਜੇਪੀ ਚਾਹੁੰਦੀ ਤਾਂ ਹੈ ਵੀ ਅਸੀਂ ਕੁਝ ਕਰ ਦਿਖਾਈਏ, ਤੇ ਪਰ ਉਹਨਾਂ ਦੇ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ, ਪਰ ਜਿਹੜੇ ਜਿਹੜੇ ਬੰਦੇ ਦੇ ਸਿਰ ਦੇ ਉੱਤੇ ਉਡਾਰੀ ਲਾਉਣੀ ਚਾਹੁੰਦੇ ਆ ਉਹ ਤਾਂ ਆਪ ਨਹੀਂ ਉੱਡੇ, ਪਿਛਲੇ ਕਾਫੀ ਲੰਮੇ ਸਮੇਂ ਤੋਂ ਪਾਰਟੀ ਨੂੰ ਲੈ ਕੇ ਕਿਵੇਂ ਉੱਡ ਜਾਣਗੇ ਜੀ। ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ। ਖੈਰ ਉਧਰ ਦੂਸਰੇ ਬੰਨੇ ਇੱਕ ਹੋਰ ਖਬਰ ਸਾਹਮਣੇ ਆਈ ਹੈ ਜੀ, ਸੜਕਾਂ ਦੇ ਬਾਬਤ ਹੀ। ਕਹਿੰਦੇ ਸੜਕਾਂ ਤੇ ਪਏ ਹੋਏ ਟੋਇਆਂ ਕਾਰਨ ਜੇਕਰ ਹਾਦਸਾ ਹੁੰਦਾ ਤਾਂ ਪਰਚਾ ਹੋਵੇ ਉਹਦੇ। ਬਿਲਕੁਲ ਜੀ, ਇਹ ਖਬਰ ਆਈ ਹੈ ਕਰਨਾਟਕ ਤੋਂ। ਹੋਣਾ ਤਾਂ ਇਹ ਸਾਰੇ ਪਾਸੇ ਚਾਹੀਦਾ, ਪੰਜਾਬ ਦੇ ਵਿੱਚ ਵੀ, ਭਾਰਤ ਦੇ ਬਾਕੀ ਸੂਬਿਆਂ ਦੇ ਵਿੱਚ ਵੀ, ਪਰ ਕਰਨਾਟਕ ਦੀ ਮਾਣਯੋਗ ਅਦਾਲਤ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਜੇਕਰ ਸੜਕਾਂ ਦੇ ਵਿੱਚ ਪਏ ਟੋਇਆਂ ਦੇ ਕਰਕੇ ਕੋਈ ਹਾਦਸਾ ਵਾਪਰਦਾ ਜਾਂ ਕੁਝ ਵੀ ਅਣਸੁਖਾਵਾਂ ਵਾਪਰਦਾ ਤਾਂ ਫਿਰ ਉਸ ਕੰਪਨੀ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਬਹੁਤ ਵਧੀਆ ਗੱਲ ਹੈ। ਦੇਖੋ ਗੱਲ ਇਹ ਜੀ ਕਿ ਮੈਂ ਟੈਕਸ ਦਿੰਦਾ, ਤੁਸੀਂ ਟੈਕਸ ਦਿੰਦੇ, ਬਾਕੀ ਦੇਸ਼ਵਾਸੀ ਟੈਕਸ ਦਿੰਦੇ ਆ। ਜਦੋਂ ਮਹਿਕਮੇ ਦਾ ਕੰਮ ਹੈ ਤੇ ਉਹਨਾਂ ਦਾ ਕੰਮ ਹੈਗਾ ਜੀ ਸੜਕਾਂ ਦੀ ਮੁਰੰਮਤ ਕਰਨਾ ਤੇ ਸੜਕਾਂ ਨੂੰ ਬਣਾਉਣਾ, ਲੋਕਾਂ ਨੂੰ ਹਾਦਸਾ ਗ੍ਰਸਤ ਨਾ ਹੋਣਾ ਪਵੇ ਇਹਦੇ ਵੱਲ ਗੌਰ ਕਰਨੀ, ਪਰ ਇਹਦੇ ਬਾਰੇ ਨਹੀਂ ਸੋਚਦੇ ਉਹ। ਜਦੋਂ ਨਹੀਂ ਸੋਚਦੇ ਤਾਂ ਫਿਰ ਪੁਆੜੇ ਪੈਂਦੇ ਆ। ਲੋਕ ਹਾਦਸਾ ਗ੍ਰਸਤ ਹੋ ਕੇ ਮਰਦੇ ਵੀ ਆ ਤੇ ਜ਼ਖਮੀ ਵੀ ਹੁੰਦੇ ਆ, ਉਮਰ ਭਰ ਦੇ ਲਈ ਅਪਾਹਜ ਵੀ ਹੋ ਜਾਂਦੇ ਆ। ਕਸੂਰਵਾਰ ਕੌਣ ਆ? ਟੈਕਸ ਮੈਂ ਪੂਰਾ ਦਿੰਦਾ ਹੋਵਾਂ, ਰਾਹ ਦੇ ਵਿੱਚ ਗਾਂ ਆ ਜੇ, ਮੇਰਾ ਹਾਦਸਾ ਹੋ ਜੇ, ਮੇਰਾ ਨੁਕਸਾਨ ਹੋ ਜੇ, ਕਸੂਰਵਾਰ ਕੌਣ ਆ? ਇਹ ਗਾਂ ਲਿਜਾਣੀ ਕਿਹਨੇ ਸੀ? ਜਿਹੜੇ ਅਵਾਰਾ ਕੁੱਤਿਆਂ ਦੇ ਕਰਕੇ ਹਾਦਸੇ ਹੁੰਦੇ ਲਿਜਾਣੇ ਕਿਹਨੇ ਸੀ? ਜਿਹੜੇ ਟੋਇਆਂ ਦੇ ਕਰਕੇ ਹਾਦਸੇ ਹੁੰਦੇ ਭਰਨੇ ਕਿਹਨੇ ਸੀ? ਜਿਹੜੇ ਕੱਚੀਆਂ ਸੜਕਾਂ ਦੇ ਕਰਕੇ ਹਾਦਸੇ ਹੁੰਦੇ ਸੜਕਾਂ ਬਣਾਉਣੀਆਂ ਕਿਹਨੇ ਸੀ? ਸੋ ਜਿਹੜੇ ਵਿਭਾਗਾਂ ਦੇ ਮੁਲਾਜ਼ਮਾਂ, ਵਿਭਾਗਾਂ ਦੇ ਅਧਿਕਾਰੀ ਆ, ਸੰਬੰਧਿਤ ਵਿਭਾਗਾਂ ਦੇ, ਉਹਨਾਂ ਦੇ ਉੱਤੇ ਬਣਦੇ ਸਰ ਦੇ ਪਰਚੇ ਹੋਣੇ ਚਾਹੀਦੇ ਆ। ਮਾਣਯੋਗ ਅਦਾਲਤ ਨੇ ਇਹ ਟਿੱਪਣੀ ਕਰਤੀ ਤੇ ਇਸ ਟਿੱਪਣੀ ਤੋਂ ਬਾਅਦ ਸੂਬਾਈ ਸਰਕਾਰਾਂ ਦਾ ਵੀ ਕੰਮ ਆ ਕਿ ਸੱਚੀ ਮੁੱਚੀ ਇਹਦੇ ਤੇ ਅਮਲ ਵੀ ਕੀਤਾ ਜਾਵੇ। ਮੈਂ ਦਾਅਵੇ ਨਾਲ ਕਹਿਣਾ ਵੀ ਜਿਸ ਦਿਨ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਉਸ ਦਿਨ ਭਾਰਤ ਦੀਆਂ ਸੜਕਾਂ ਥੋੜੀਆਂ ਜਿਹੀਆਂ ਠੀਕ ਹੋਣ ਲੱਗ ਪੈਣੀਆਂ, ਨਹੀਂ ਤਾਂ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਆਹੀ ਕਲੇਸ਼ ਰਹਿਣਾ ਜੀ। ਜੀ ਬਿਲਕੁਲ, ਪਰ ਉਡੀਕ ਹੈ ਕਿ ਉਹ ਦਿਨ ਕਦੋਂ ਆਏਗਾ, ਕਿਉਂਕਿ ਅੱਜ ਤੱਕ ਇਹਨਾਂ ਸੜਕਾਂ ਨੇ ਕਿੰਨੀਆਂ ਕੀਮਤੀ ਜਾਨਾਂ ਲੈ ਲਈਆਂ ਆਪਾਂ ਸਾਰੇ ਜਾਣਦੇ ਹਾਂ, ਔਰ ਇਹ ਤਾਂ ਥੋੜੀ ਲੇਟ ਨਹੀਂ ਹੋ ਗਿਆ ਲੱਗਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਇਹ ਫੈਸਲਾ ਤਾਂ ਸਮੁੱਚੇ ਭਾਰਤ ਦੇ ਵਿੱਚ ਹੋਣਾ ਚਾਹੀਦਾ ਜੀ। ਬਿਲਕੁਲ ਜੀ, ਹੋਣਾ ਚਾਹੀਦਾ। ਮੈਂ ਤਾਂ ਜਿਵੇਂ ਮੁੱਢ ਦੇ ਵਿੱਚ ਗੱਲ ਕਹੀ ਹੈ ਕਿ ਹੋਣਾ ਹੀ ਚਾਹੀਦਾ, ਅਸੀਂ ਸੱਚੀ ਮੁੱਚੀ ਦੇਰੀ ਦੇ ਨਾਲ ਇਹ ਫੈਸਲੇ ਦੀ ਗੱਲ ਕਰ ਰਹੇ ਹਾਂ, ਹਾਲੇ ਵੀ ਕੋਈ ਫੈਸਲਾ ਨਹੀਂ। ਮਾਣਯੋਗ ਅਦਾਲਤ ਦੀ ਇਹ ਟਿੱਪਣੀ ਆ, ਟਿੱਪਣੀਆਂ ਮਾਣਯੋਗ ਅਦਾਲਤਾਂ, ਵੱਖ ਵੱਖ ਹਾਈ ਕੋਰਟਾਂ, ਵੱਖ ਵੱਖ ਸਥਾਨਕ ਅਦਾਲਤਾਂ, ਸੁਪਰੀਮ ਕੋਰਟ ਦੇ ਵੱਲੋਂ ਬਹੁਤ ਕੀਤੀਆਂ ਜਾਂਦੀਆਂ, ਪਰ ਕਿੰਨੇ ਕੁ ਅਮਲ ਕੀਤੇ ਜਾਂਦੇ ਆ, ਕਿੰਨੀਆਂ ਕੁ ਗੱਲਾਂ ਸਹੀ ਹੁੰਦੀਆਂ, ਇਹਦੇ ਵੱਲ ਗੌਰ ਕਰਨਾ ਚਾਹੀਦਾ। ਸੋ ਮੈਨੂੰ ਨਿੱਜੀ ਤੌਰ ਦੇ ਉੱਤੇ ਇਹ ਲੱਗਦਾ ਵੀ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਆ, ਜਿਸ ਤਰੀਕੇ ਦੇ ਨਾਲ ਗੱਲਬਾਤ ਚੱਲ ਰਹੀ ਹੈ, ਤੇ ਇਹਦੇ ਉੱਤੇ ਆਮ ਲੋਕਾਂ ਨੂੰ ਵੀ ਆਵਾਜ਼ ਚੁੱਕਣੀ ਚਾਹੀਦੀ ਹੈ, ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ, ਹਲਕਿਆਂ ਦੇ ਵਿਧਾਇਕਾਂ ਦੇ ਉੱਤੇ, ਮੈਂਬਰ ਪਾਰਲੀਮੈਂਟਾਂ ਦੇ ਉੱਤੇ ਦਬਾਅ ਬਣਨਾ ਚਾਹੀਦਾ। ਜੇਕਰ ਇਹ ਦਬਾਅ ਬਣੂਗਾ ਤਾਂ ਗੱਲ ਬਣਨੀ ਆ, ਨਹੀਂ ਤਾਂ ਕਿਸੇ ਮਸਲੇ ਦਾ ਹੱਲ ਨਹੀਂ ਜੇ ਹੋਣਾ। ਲੋਕਾਂ ਦੀ ਭਾਵਨਾ ਉਦਾਂ ਵੀ ਤਾਂ ਭੜਕਦੀ ਹੈ, ਲੋਕ ਤੀਜੇ ਦਿਨ ਕਿਸੇ ਨਾ ਕਿਸੇ ਗੱਲ ਤੇ ਇਕੱਠੇ ਹੁੰਦੇ ਆ, ਆਹ ਧਰਮ ਨੂੰ ਖਤਰਾ ਪੈਦਾ ਹੋ ਗਿਆ, ਫਲਾਣੇ ਨੂੰ ਹੋ ਗਿਆ, ਐਂ ਹੋ ਗਿਆ, ਉਹ ਹੋ ਗਿਆ, ਇਸ ਗੱਲ ਦੇ ਉੱਤੇ ਆਓ ਕਾਂ। ਜੇ ਅਸੀਂ ਇਹਨਾਂ ਗੱਲਾਂ ਦੇ ਉੱਤੇ ਇਕੱਠੇ ਹੋਣ ਲੱਗੇ ਤਾਂ ਸਰਕਾਰਾਂ ਤੇ ਦਬਾਅ ਬਣੇ, ਤਾਂ ਸਰਕਾਰਾਂ ਸਾਡੇ ਪ੍ਰਤੀ ਜਵਾਬਦੇਹ ਹੋਣ, ਪਰ ਅਸੀਂ ਅਸਲ ਮੁੱਦਿਆਂ ਤੋਂ ਘੇਸਲ ਮਾਰੀ ਬੈਠੇ ਹਾਂ, ਜਿਹੜੇ ਮੁੱਦੇ ਹੀ ਨਹੀਂ ਉਹਨਾਂ ਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ। ਸੋ ਦੇਖਦੇ ਹਾਂ ਜੀ, ਮੈਨੂੰ ਆਸ ਆ ਵੀ ਸ਼ਾਇਦ ਲੋਕ ਜਾਗਣਗੇ, ਅੱਜ ਨਹੀਂ ਤਾਂ ਕੱਲ੍ਹ ਜਾਗਣਗੇ। ਇਹਦੀ ਇੱਕ ਉਦਾਹਰਣ ਤਾਂ ਮਾਣਯੋਗ ਅਦਾਲਤ ਦੀ ਟਿੱਪਣੀ ਹੈਗੀ ਹੈ। ਸੋ ਅਦਾਲਤੀ ਟਿੱਪਣੀਆਂ ਦਾ ਅਸੀਂ ਸਤਿਕਾਰ ਕਰਦੇ ਹਾਂ, ਸਮੇਂ ਸਮੇਂ ਤੇ ਬਹੁਤ ਸਾਰੀਆਂ ਸੁਲੱਖਣੀਆਂ ਟਿੱਪਣੀਆਂ ਮਾਣਯੋਗ ਅਦਾਲਤਾਂ ਨੇ ਕੀਤੀਆਂ। ਮੈਂ ਤਾਂ ਕਦੇ ਕਦੇ ਇਹ ਵੀ ਸੋਚਦਾ ਹੁੰਦਾ, ਜਿਹੜੇ ਕੰਮ ਆਮ ਲੋਕਾਂ ਨੇ, ਜਥੇਬੰਦੀਆਂ ਨੇ, ਰਾਜਨੀਤਿਕ ਲੋਕਾਂ ਨੇ ਕਰਨੇ ਹੁੰਦੇ ਆ, ਉਹ ਸਾਡੀਆਂ ਮਾਣਯੋਗ ਅਦਾਲਤਾਂ ਨੂੰ ਟਿੱਪਣੀ ਦੇ ਰੂਪ ਦੇ ਵਿੱਚ ਕਰਨੇ ਪੈਂਦੇ ਆ। ਸੋ ਚੰਗਾ ਹੋਊਗਾ ਵੀ ਜੇਕਰ ਆਉਂਦੇ ਸਮੇਂ ਦੇ ਵਿੱਚ ਸਾਰਾ ਕੁਝ ਸੁਲੱਖਣਾ ਹੋ
ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ ਤੇ ਅੱਗੇ ਹੁਣ ਵੱਧਦੇ ਹਾਂ ਜੀ ਗੱਲ ਕਰਦੇ ਹਾਂ ਸੰਨੀ ਦਿਓਲ ਹੋਰਾਂ ਦੀ ਅਕਸਰ ਇਹ ਨਾ ਸੁਰਖੀਆਂ ਦੇ ਵਿੱਚ ਰਹਿੰਦਾ ਹੁਣ ਫਿਰ ਤੋਂ ਸੁਰਖੀਆਂ ਦੇ ਵਿੱਚ ਹੈ ਕਹਿੰਦੇ 7 ਕਰੋੜ ਰੁਪਇਆ ਹੀ ਨਹੀਂ ਖਰਚ ਕੀਤਾ ਦੇਖੋ ਪਹਿਲੀ ਗੱਲ ਤਾਂ ਇਹ ਵੀ ਸੰਨੀ ਦਿਓਲ ਨੂੰ ਚੁਣਨ ਵੇਲੇ ਲੋਕਾਂ ਨੇ ਕੀ ਸੋਚਿਆ ਹੋਊਗਾ ਮੈਂ ਨਹੀਂ ਕਹਿੰਦਾ ਵੀ ਇਕੱਲਾ ਸੰਨੀ ਦਿਓਲ ਨਹੀਂ ਲੋਕਾਂ ਦੇ ਪ੍ਰਤੀ ਜਵਾਬਦੇਹ ਬਾਕੀ ਕਿੰਨੇ ਕੁ ਜਵਾਬਦੇਹ ਹੈਗੇ ਆ ਬਾਕੀ ਕਿੰਨੇ ਕੁ ਲੋਕਾਂ ਦੇ ਕੋਲੇ ਆਉਂਦੇ ਆ ਪਰ ਬਾਕੀਆਂ ਤੇ ਸੰਨੀ ਦਿਓਲ ਦੇ ਵਿੱਚ ਵੀ ਇੱਕ ਫਰਕ ਹੈਗਾ ਸੰਨੀ ਦਿਓਲ ਕਦੇ ਦਿਸੇ ਹੀ ਨਹੀਂ ਤੇ ਬਾਕੀ ਜੇਕਰ ਅੱਜ ਨਹੀਂ ਦਿਸਦੇ ਮਹੀਨੇ ਨੂੰ ਚਲੋ ਦਿਸ ਜਾਣਗੇ ਮਹੀਨੇ ਨੂੰ ਨਹੀਂ ਦਿਸਦੇ ਦੋਵਾਂ ਮਹੀਨਿਆਂ ਨੂੰ ਚੌਵਾਂ ਮਹੀਨਿਆਂ ਨੂੰ ਦਿਸ ਜਾਣਗੇ ਕਦੇ ਨਾ ਕਦੇ ਤਾਂ ਦਿਸਦੇ ਹੀ ਆ ਲੋਕ ਸਵਾਲ ਤਾਂ ਕਰਦੇ ਹੀ ਆ ਪਰ ਜਿਹੜਾ ਮੱਥੇ ਨਹੀਂ ਲੱਗਦਾ ਉਹਨੂੰ ਸਵਾਲ ਵੀ ਕੀ ਕਰਨਾ ਸੋ ਸੰਨੀ ਦਿਓਲ ਨੂੰ ਚੁਣ ਕੇ ਗੁਰਦਾਸਪੁਰ ਦੇ ਲੋਕਾਂ ਨੇ ਜਿਹੜੀ ਭਲ ਖੱਟੀ ਆ ਉਹਦੀ ਚਰਚਾ ਥਾਂ ਥਾਂ ਹੁੰਦੀ ਆ ਗੁਰਦਾਸਪੁਰ ਤੇ ਪਠਾਨਕੋਟ ਦੇ ਲੋਕ ਸਾਨੂੰ ਵੀ ਇਹ ਗੱਲ ਕਹਿੰਦੇ ਆ ਵੀ ਸਾਡੇ ਵਾਲਾ ਰੇਡੀਓ ਦੇ ਉੱਤੇ ਆ ਖ਼ਬਰ ਸਾਂਝੀ ਕਰਿਓ ਪਰ ਸਾਡੇ ਵਾਲਾ ਰੇਡੀਓ ਦੀ ਮੈਨੇਜਮੈਂਟ ਨੂੰ ਪੁੱਛ ਕੇ ਜਾਂ ਸਾਨੂੰ ਪੁੱਛ ਕੇ ਵੋਟਾਂ ਥੋੜੀ ਪਾਈਆਂ ਉਦੋਂ ਲੋਕਾਂ ਨੇ ਡਾਇਲੋਗ ਸੁਣ ਸੁਣ ਕੇ ਪਾਈਆਂ ਤੇ ਭਾਈ ਹੁਣ ਸੁਣੋ ਫਿਰ ਡਾਇਲੋਗ ਸੁਣਨ ਵਾਸਤੇ ਹੁੰਦੇ ਉਹ ਫਿਲਮਾਂ ਦੇ ਵਿੱਚ ਦੇਖ ਲੈਂਦੇ ਸੁਣ ਲੈਂਦੇ ਪਰ ਲੋਕਾਂ ਨੇ ਤਾਂ ਕਾਤਕੀਆਂ ਮਾਰਨ ਵਾਲੇ ਬੰਦੇ ਨੂੰ ਚੁਣਿਆ ਲੋਕਾਂ ਨੇ ਤਾਂ ਅਸ਼ਰਫ ਅਲੀ ਵਾਲਾ ਬੰਦਾ ਚੁਣਿਆ ਲੋਕਾਂ ਨੇ ਤਾਂ ਸਕੀਨਾ ਬੇਗਮ ਨੂੰ ਚੁਣਿਆ ਉਹਦੇ ਘਰ ਵਾਲੇ ਨੂੰ ਚੁਣਿਆ ਤੇ ਲੋਕ ਇਸ ਵੇਲੇ ਹੁਣ ਜਦੋਂ ਦੁਖੀ ਹੁੰਦੇ ਆ ਤੇ ਫਿਰ ਚਟਕਾਰੇ ਵੀ ਕਈ ਵਿਰੋਧੀ ਪਾਰਟੀਆਂ ਲੈਂਦੀਆਂ ਸਮੇਂ ਸਮੇਂ ਤੇ ਸੰਨੀ ਦਿਓਲ ਦੇ ਪੋਸਟਰ ਆ ਜਿਹੜੇ ਗੁੰਮਸ਼ੁਦਗੀ ਵਾਲੇ ਉਹ ਲੱਗੇ ਆ ਗੁਰਦਾਸਪੁਰ ਤੇ ਪਠਾਨਕੋਟ ਦੀਆਂ ਕੰਧਾਂ ਤੇ ਪਰ ਕੋਈ ਅਸਰ ਨਹੀਂ ਹੋਇਆ ਜਦੋਂ ਵੀ ਮਾੜਾ ਮੋਟਾ ਵਿਰੋਧ ਵੱਧਦਾ ਤਾਂ ਸੰਨੀ ਦਿਓਲ ਦੀ ਇੱਕ ਪੋਸਟ ਆਉਂਦੀ ਹੁੰਦੀ ਆ ਸੋਸ਼ਲ ਮੀਡੀਆ ਤੇ ਕਿ ਫਲਾਣੇ ਕੇਂਦਰੀ ਮੰਤਰੀ ਦੇ ਨਾਲ ਫਲਾਣੇ ਪੁਲ ਦੇ ਬਾਬਤ ਗੱਲਬਾਤ ਕਰਨ ਗਏ ਤੇ ਮੈਂ ਹੈਰਾਨ ਹੁੰਦਾ ਕਦੇ ਕਦੇ ਵੀ ਭਾਈ ਗੱਲਬਾਤ ਕਰਨ ਤਾਂ ਗਏ ਇਹਦਾ ਉੱਤਰ ਕੀ ਨਿਕਲਿਆ ਹੱਲ ਕੀ ਨਿਕਲਿਆ ਇਹਦਾ ਹੱਲ ਕੋਈ ਨਿਕਲਦਾ ਨਹੀਂ ਗਾ ਸੋ ਮਾਮਲਾ ਉੱਥੇ ਦਾ ਉੱਥੇ ਰਹਿ ਜਾਂਦਾ ਜ਼ਰੂਰ ਤੇ ਇਸ ਵਕਤ ਇਸ ਗੱਲ ਦੀ ਹੈ ਕਿ ਸੰਨੀ ਦਿਓਲ ਤੇ ਬਾਕੀ ਸਾਰੇ ਮੈਂਬਰ ਪਾਰਲੀਮੈਂਟ ਜਾਂ ਵਿਧਾਇਕ ਜਾਂ ਜਿਹੜੇ ਵੀ ਰਾਜ ਸਭਾ ਦੇ ਮੈਂਬਰ ਆ ਉਹ ਲੋਕਾਂ ਦੇ ਪ੍ਰਤੀ ਜਵਾਬਦੇਹ ਰਹਿਣ ਤੇ ਲੋਕ ਵੀ ਭਾਈ ਵੋਟਾਂ ਪਾਉਣ ਤੋਂ ਪਹਿਲਾਂ ਸੋਚਿਆ ਕਰਨ ਵੀ ਭਾਈ ਕਿਹੜੀ ਸਮਾਜ ਸੇਵਾ ਨੂੰ ਮੁੱਖ ਰੱਖ ਕੇ ਤੁਸੀਂ ਵੋਟਾਂ ਪਾਉਣੇ ਆ ਇਹ ਲੋਕਾਂ ਦੀਆਂ ਬਹੁਤ ਵੱਡੀਆਂ ਗਲਤ ਗਾਂ ਤੇ ਲੋਕਾਂ ਨੇ ਕਦੇ ਇਹਦੇ ਵੱਲ ਗੌਰ ਨਹੀਂ ਕੀਤੀ ਲੋਕ ਵੀ ਅੱਖਾਂ ਬੰਦ ਕਰੀ ਬੈਠੇ ਨੇਤਾ ਨੇ ਤਾਂ ਅੱਖਾਂ ਬੰਦ ਕਰਨ ਗਈਆਂ ਸੋ ਮੈਨੂੰ ਹਾਲਾਤ ਦੇ ਮੁਤਾਬਕ ਇਹ ਲੱਗਦਾ ਨਹੀਂ ਕਿ ਸੰਨੀ ਦਿਓਲ ਆ ਜਿਹੜਾ ਉਹ 2024 ਦੀ ਚੋਣ ਗੁਰਦਾਸਪੁਰ ਤੋਂ ਲੜੂਗਾ ਕਿਉਂਕਿ ਲੋਕਾਂ ਨੇ ਮੂੰਹ ਨਹੀਂ ਲਾਉਣਾ ਪਰ ਇੱਕ ਜਾਣਕਾਰੀ ਹੋਰ ਆਈ ਹੈ ਵੀ ਸੰਨੀ ਦਿਓਲ ਦੇ ਕੋਲੇ ਤਾਂ ਆਪਣੇ ਹਲਕੇ ਦਾ ਆਇਆ ਹੋਇਆ 7 ਲੱਖ ਦਾ ਫੰਡ ਵੰਡਣ ਦਾ ਵੀ ਵੇਲਾ ਨਹੀਂ ਹੈ ਉਹ ਤਾਂ ਬਿਲਕੁਲ 7 ਕਰੋੜ ਮੈਂ ਸੋਰੀ ਮੇਰੇ ਕੋਲ ਗਲਤੀ ਹੋ ਗਈ 7 ਕਰੋੜ ਰੁਪਏ ਦਾ ਫੰਡ ਵੰਡਣ ਦਾ ਵੀ ਉਹਦੇ ਕੋਲੇ ਵੇਲਾ ਨਹੀਂ ਹੈ ਸੋ ਜਿਹੜੇ ਬੰਦੇ ਕੋਲੇ ਹਲਕੇ ਦੇ ਵਿੱਚ ਆਉਣ ਦਾ ਵਕਤ ਨਹੀਂ ਜਿਹਦੇ ਕੋਲੇ ਇੰਨਾ ਵਕਤ ਨਹੀਂ ਕਿ ਉਹ ਉੱਥੇ ਆ ਕੇ ਹਲਕੇ ਦੇ ਲੋਕਾਂ ਦੀ ਸਾਰ ਲੈ ਸਕੇ ਜਿਹਦੇ ਕੋਲੇ ਇੰਨਾ ਵਕਤ ਨਹੀਂ ਵੀ ਹਲਕੇ ਦੇ ਵਿੱਚ ਪਿੰਡ ਕਿੰਨੇ ਆ ਜਿਹਨੂੰ ਇਹ ਨਹੀਂ ਪਤਾ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਕੀ ਹੈ ਜਿਹਨੂੰ ਇਹ ਨਹੀਂ ਪਤਾ ਵੀ ਦੁੱਖ ਦਾ ਸੁੱਖ ਦਾ ਕੀ ਹੈ ਉਹ ਬੰਦਾ ਇਸ ਵੇਲੇ ਆਪਦਾ ਭਾਈ ਫਿਲਮਾਂ ਦੇ ਵਿੱਚ ਬਿਜ਼ੀ ਹੈ ਤੇ 7 ਕਰੋੜ ਰੁਪਇਆ ਵੀ ਵੰਡਣ ਤੋਂ ਉਹ ਵਾਂਝਾ ਉਹਦੇ ਕੋਲੇ ਵਕਤ ਨਹੀਂ ਸੀਗਾ ਸੋ ਭਾਈ ਲੋਕ ਸੋਚਣ ਵੀ ਭਵਿੱਖ ਦੇ ਵਿੱਚ ਕਿਹਨੂੰ ਵੋਟਾਂ ਪਾਉਣੀਆਂ ਤੇ ਕਿਹਨੂੰ ਨਹੀਂ ਪਰ ਚੰਗਿਆਂ ਨੂੰ ਪਾਓ ਗਾਣੇ ਸੁਣ ਕੇ ਡਾਇਲੋਗ ਸੁਣ ਕੇ ਤੇ ਚੌਕਿਆਂ ਛੱਕਿਆਂ ਦੀ ਚਰਚਾ ਕਰ ਕਰਕੇ ਨਿਭਾਇਆ ਕਰੋ ਜੀ ਬਿਲਕੁਲ ਸਹੀ ਖੈਰ ਸਿਆਸਤ ਟਹਿਣਾ ਸਾਹਿਬ ਬਹੁਤ ਕੁਝ ਕਰਵਾਉਂਦੀ ਹੈ ਜੀ ਸਾਰਿਆਂ ਦੇ ਕੋਲੋਂ ਕੋਈ ਵੋਟਾਂ ਦੇ ਵੇਲੇ ਜਾਂ ਲੋੜ ਵੇਲੇ ਕੋਈ ਤਾਂ ਵਿਚਾਰੇ ਵੋਟਰਾਂ ਦੇ ਘਰਾਂ ਦੇ ਵਿੱਚ ਰੋਟੀ ਖਾਣ ਚਲਾ ਜਾਂਦਾ ਹੈ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਉਧਰ ਰਾਹੁਲ ਗਾਂਧੀ ਹੋਰਾਂ ਨੇ ਵੀ ਕਹਿੰਦੇ ਪੱਠੇ ਕੁਤਰੇ ਨੇ ਦੇਖੋ ਜੀ ਰਾਹੁਲ ਗਾਂਧੀ ਦੇ ਪੱਠੇ ਕੁਤਰੇ ਆ ਤੁਹਾਨੂੰ ਯਾਦ ਹੋਣਾ ਵੀ ਮਥੁਰਾ ਦੇ ਵਿੱਚ ਹੇਮਾ ਮਾਲਿਨੀ ਨੇ ਕਣਕ ਵੱਢੀ ਸੀ ਉਹਨੇ ਮੋਢੇ ਤੇ ਦਾਤੀ ਰੱਖੀ ਸੀ ਤੇ ਕਣਕ ਦੇ ਖੇਤਾਂ ਚ ਵੜ ਗਈ ਸੀ ਕਨੀ ਮੈਂ ਤੋਂ ਕਣਕ ਕਾਟਤੀ ਹੂੰ ਬਾਅਦ ਦੇ ਵਿੱਚ ਰੌਲਾ ਪਿਆ ਸੀਗਾ ਵੀ ਭਾਈ ਸਾਡੀ ਵੀ ਕਣਕ ਵੱਢ ਜਾ ਪੰਜਾਬ ਦੇ ਲੋਕਾਂ ਨੇ ਤਾਂ ਇਹ ਵੀ ਗੱਲ ਕਹੀ ਸੀ ਵੀ 500 ਰੁਪਇਆ ਕਿੱਲਾ ਵੱਧ ਲੈ ਲਈ ਪਰ ਸਾਡੀ ਵੀ ਕਣਕ ਵੱਢ ਜਾ ਕਿਉਂਕਿ ਤੂੰ ਪੰਜਾਬ ਦੀ ਨੂੰਹ ਧੀ ਆ ਸਤਿਕਾਰ ਦੇਣਾ ਚਾਹੁੰਦੇ ਆ ਸੋ ਰਾਜਨੀਤਿਕ ਲੋਕ ਆ ਜਿਹੜੇ ਉਹ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਪਬਲਿਸਿਟੀ ਸਟੰਟ 100 ਤਰ੍ਹਾਂ ਦੇ ਹੁੰਦੇ ਆ ਸੋ ਰਾਹੁਲ ਗਾਂਧੀ ਇਸ ਵੇਲੇ ਭਾਰਤ ਜੋੜੋ ਯਾਤਰਾ ਕੱਢ ਰਿਹਾ ਇਹਦੇ ਤਹਿਤ ਹੀ ਰਾਜਸਥਾਨ ਦੇ ਵਿੱਚ ਉਹਦੇ ਵੱਲੋਂ ਇੱਕ ਗਰੀਬ ਦੇ ਜਾ ਕੇ ਪੱਠੇ ਕੁਤਰੇ ਗਏ ਆ ਰੁਗ ਕਹਿੰਦੇ ਆ ਵੀ ਅਸ਼ੋਕ ਗਹਿਲੋਤ ਨੇ ਲਾਇਆ ਕਹਿੰਦੇ ਆ ਵੀ ਉੱਥੇ ਬੈਲ ਗੱਡੀ ਯਾਨੀ ਕਿ ਬਲਦ ਗੱਡੀ ਦੇ ਉੱਤੇ ਵੀ ਉਹ ਚੜਿਆ ਰਾਹੁਲ ਗਾਂਧੀ ਆਪਦਾ ਉਦਮ ਕਰ ਰਿਹਾ ਚਲੋ ਜੀ ਉਹਦੇ ਲਈ ਚੰਗਾ ਹੋਊਗਾ ਫਾਇਦੇਮੰਦ ਹੋਊਗਾ ਪਰ ਮੇਰੀ ਇੱਕ ਬੇਨਤੀ ਹੈ ਵੀ ਭਾਈ ਆਪਦਾ ਕੰਮਕਾਜ ਜਾਂ ਕੱਢ ਕੇ ਨਾ ਪਬਲਿਸਿਟੀ ਸਟੰਟ ਵਾਂਗੂ ਵੀ ਜਿਵੇਂ ਫਿਲਮ ਦੇ ਪ੍ਰਚਾਰ ਮੌਕੇ ਕਿੱਥੇ ਜਾਣਾ ਜਿਵੇਂ ਜਲੰਧਰ ਦੇ ਵਿੱਚ ਵੀ ਕਈ ਕੁੱਲੜ ਪੀਜੇ ਤੇ ਜਾਂਦੇ ਹੁੰਦੇ ਆ ਇਹ ਉਸ ਤਰੀਕੇ ਦੇ ਨਾਲ ਲੈ ਜਾਇਆ ਕਰਨ ਇਹਨਾਂ ਨੂੰ ਚਾਹੀਦਾ ਜੀ ਕਿ ਬਾਅਦ ਦੇ ਵਿੱਚ ਵੀ ਲੋਕਾਂ ਦੀ ਸਾਰ ਲਈ ਜਾਵੇ ਜਿਹੜੀ ਕਿ ਨਹੀਂ ਰਹੀ ਜਾਂਦੀ ਸੋ ਉਸ ਤੋਂ ਅਗਲੀ ਗੱਲ ਇਹ ਹੈ ਵੀ ਭਾਰਤ ਜੋੜੋ ਯਾਤਰਾ ਕੱਢਦੇ ਕੱਢਦੇ ਰਾਹੁਲ ਗਾਂਧੀ ਨੂੰ ਇੱਕ ਬੇਨਤੀ ਹੈ ਵੀ ਕਾਂਗਰਸ ਜੋੜੋ ਯਾਤਰਾ ਪਹਿਲਾਂ ਕੱਢੀ ਜਾਵੇ ਦੇਸ਼ ਦੇ ਵਿੱਚ ਕਾਂਗਰਸ ਖੇਰੂੰ ਖੇਰੂੰ ਹੋਈ ਪਈ ਹੈ ਇਸ ਕਾਂਗਰਸ ਨੂੰ ਇਕੱਠਾ ਕਰਨ ਦੇ ਲਈ ਯਤਨਾਂ ਦੀ ਲੋੜ ਹੈ ਮੈਨੂੰ ਇੱਕ ਸੱਜਣ ਨੇ ਪੁੱਛਿਆ ਕਹਿੰਦੇ ਜੀ ਕਿ ਰਾਹੁਲ ਗਾਂਧੀ ਨੂੰ ਇਹ ਭਾਰਤ ਜੋੜੋ ਯਾਤਰਾ ਕੱਢ ਕੇ ਫਾਇਦਾ ਕੀ ਹੋਊ ਮੈਂ ਕਿਹਾ ਜੀ ਮੈਨੂੰ ਹੋਰ ਤਾਂ ਨਹੀਂ ਪਤਾ ਪਰ ਉਹਨੇ ਆਪਦੇ ਨਾਂ ਦੇ ਨਾਲੋਂ ਪੱਪੂ ਸ਼ਬਦ ਲਾਉਣ ਦੇ ਵਿੱਚ ਕੁਝ ਹੱਦ ਤੱਕ ਸਫਲਤਾ ਹਾਸਲ ਕੀਤੀ ਹੈ ਇਹ ਯਾਤਰਾ ਪੰਜਾਬ ਦੇ ਵਿੱਚ ਵੀ ਆਉਣੀ ਅਗਲੇ ਦਿਨੀ ਇੱਥੇ ਵੀ 8-9 ਦਿਨ ਰਹਿਣੀ ਆ ਉਹਦੇ ਲਈ ਵੀ ਕਾਂਗਰਸੀ ਤਿਆਰੀਆਂ ਕਰ ਰਹੇ ਆ ਪਰ ਵਕਤ ਦੱਸੂਗਾ ਵੀ ਜਿਹੜੀ ਇਹ ਭਾਰਤ ਜੋੜੋ ਯਾਤਰਾ ਦੇ ਵਿੱਚ ਇਕੱਠ ਦੀ ਗੱਲ ਕਰਦੇ ਆ
जी बिल्कुल सही सर। उधर दीपिका पादुकोण होरां दी आपां कल भी गल कीती सी जी साडे वाला रेडियो दे उपर, ते हुण कहिंदे आ वी इक बार फिर तो खबरां सामने आईयां है कि धार्मिक आगू जिहड़े भड़क पए ने दीपिका पादुकोण ते। मैं खुद इस गल ते हैरान हां भी की दीपिका पादुकोण उहदी साड़ी, शाहरुख खान ते पठान फिल्म, इहदे तों बिना बाकी देश दे मुद्दे मुक गए जां फिर उहनां मुद्दिआं दी खबर नहीं बणदी ते आपां गल उस मुद्दे दी करनी जिहदी खबर बणदी, जिहदी चर्चा छिड़दी आ। दीपिका पादुकोण ने लीड़े गलत पाए आ जां उहने अश्लीलता फैलाई आ, इह अश्लीलता वखरी गल आ, रंग उहने किहड़ा पाया वखरी गल आ। जे उहने अश्लीलता फैलाई आ ते फिर तो चिट्टे रंग दे विच वी अश्लीलता, ते फिर उहदे लाल रंग दे लीड़ियां दे विच वी अश्लीलता, ते फिर भूरे रंग दे लीड़ियां च वी, ते फिर जामनी च वी आ। इह अश्लीलता कल्ले भगवे दे नाल संबंधित नहीं आ, भगवां वखरी गल आ, अश्लीलता वखरी गल आ। साडे देश दे विच अश्लीलता, भगवां, सारा कुछ धार्मिक भावना कट्ठी मिलगोबा जिहा बणा दिंदे आ। आ मैं हुण हैरान हां, आ कई थावां दे उत्ते कुछ महंतां दे वल्लों इह गल कही गई आ। कल तां इक महंत ने सिरे लाता, ओह कहिंदे वी शाहरुख खान देश नूं तोड़न दा कम कर रिहा, ते इहनां दी फिल्म दे नाल सनातन धर्म दा बहुत वड्डा नुकसान हो रिहा, भगवां रंग इहनां ने जाण बुझ के पहनिया, लोकां दीआं भावनावां दे उत्ते सट मारी आ। ते जदों वी जिहड़े वी सिनेमे दे विच शाहरुख खान दी फिल्म रिलीज होवे ते उस सिनेमे नूं अग दे हवाले कर दिओ, मतलब यह भी देश दे विच धर्म, सभ्याचार ते संस्कृति की सेवा हुण अगां ला ला के होगी। मैं कदे कदे हैरान हुंदा, यह कहने भी भाई सिनेमा नूं अग ला दिओ, कोई कहना गुरुद्वारियां विचलियां कुर्सियां नूं अग ला दिओ, कोई कहना सिनेमा नहीं भन तोड़ कर दिओ, कोई कहना बैंचां नहीं भन तोड़ कर दिओ। देश दे विच चली की जांदा ते देखो देश की मजबूती किहड़े पक्ष तों हो रही है, ते धर्म की सेवा किहड़े पासे तों हो रही है। सो यह गल्लां बहुत हैरान करन वालियां भी देश दे विच होई की जांदा, लोड़ इस वक्त किहड़े मसलियां दे लई इकट्ठे होण वास्ते आ, ते देश दे विच रंग दे मामले ते लड़पो, जात दे नां ते लड़पो, धर्म दे नां ते लड़पो, विलणा दे इह काम आ जी। जी बिल्कुल सही सर। पंजाबी फिल्मां दी गल करदे आ जी, पंजाबी फिल्मां ते साड़ सती जी चलदी पई है जी, क्यों? देखो फिल्म क्यों चले जां कोई फिल्म क्यों देखे, मैनूं पिछले दिनी इक बंदे दा फोन आया, उहदी इंग्लैंड दे विच फिल्म शूट हो रही है, कहिंदा बई जी साडी फिल्म दी शूटिंग चल रही है। मैं कहा बहुत वधिया। मैं कहा जी कौन कौन आ? कहिंदा फलाने फलाने अदाकार आ। मैं कहा जी इहदा राइटर कौन आ? कहिंदा फलाना। पर कहिंदा मौके दे उत्ते वी सारे डायलॉग लिख लैंदे। मैं कहा हैं इह की? कहिंदा देखो जी गल भी कलाकार बड़े टैलेंटड आ, वह आपका डायलॉग मौके दे उत्ते आपे ही लिख लेंदे आ। मैं कहा भी यार जेकर वह इदा लिख लेंदे ताजा ताजा गिला गिला ही, तो फिर भाई लोगों की मजबूरी थोड़ी है भी लोग वेखण। बाहुबली फिल्म आ जी, आर आर फिल्म आ जी, जी बाकी पुष्पा फिल्मां ते होर फिल्मां नूं पंजाब दे विच भी प्यार मिलिया, वह फिल्मां नूं क्यों पंजाब मिलिया? दक्षण दीआं फिल्मां पर पंजाब दी फिल्म पंजाब च क्यों नहीं चलती? क्योंकि पंजाब दीआं फिल्मां ते मेहनत नहीं हुंदी, पैर पैर ते समझौता। ये इंग्लैंड दे विचों सबसिडी लैण दी खातर बनाईआं जांदीआं बहुतीआं, उन्हां नूं देख के हासा भी नहीं आउंदा, हासे ठट्ठे वाली फिल्मां देख के हासा नहीं आउंदा। एक्शन फिल्म नूं देख के इह नहीं लगदा वी भाई च कोई एक्शन वी आ, गुस्सा आउंदा इह फिल्मां देख के। सो जिन्हें बई 200 दी 250 रुपये दी इक टिकट लैणी आ, जिन्हें इंटरवल वेले 200-300 रुपये के फुले जे खाने ते ठंडा पीना, जिन्हें 100 रुपया पार्किंग ते लाउणा, जिन्हें 200-300-400 रुपये का तेल फूकना, जिन्हें न्याणियां नूं नाल लिजाणा, वह बंदा भाई क्यों इदा बकवास फिल्म के उत्ते पैसे लाऊगा? तो पंजाबी दे विच बहुतियां फिल्मां अजकल बकवास ही बन रही, विरलियां टामियां कदे कदे चंगा भी आउंदियां, पर इहो जी फिल्म कोई नहीं आउंदी जिहदा रिव्यू पढ़ के बंदा जावे भी यार बहुत कमाल दी फिल्म आ, जेकर मैं ना देखी मेरा नुकसान हो जाना। बंदा इस गलों डरदा रहिंदा भी यार जेकर मैं देखण चला गया तो मेरा पैसा दा नुकसान हो जाना, मेरे समय दा नुकसान हो जाना। सो जेकर 5-4 होर कूड़ कबाड़ फिल्मां आ गईआं, मैं दावे नाल कहिंदा भी लोकां ने मुफ्त दे विच भी नहीं वेख्या करनी, लोकां ने नाल पैसे लै के भी नहीं देख्या करनी। इह उह वेला जदों पंजाबी फिल्म आई अज, ते नाल दी नाल ही डब्बिंगां दे उत्ते आ जांदी है, यूट्यूब ते आ जांदी है, होर ऐप्स दे उत्ते आ जांदी है। सो इस करके इन्हां नूं फिल्मां चंगीआं बनाउणियां चाहीदियां जेकर इह चाहुंदे भी साडीआं फिल्मां कमाई करन। तां जी बिल्कुल सही। खैर मौसम दी हाल बयानी कर दिओ जी पंजाब दे। पंजाब दा मौसम ठीक है जी, दिन दे वेले थोड़ी जी धुप निकलदी है, सोहणी धुप निकलदी है, रात दे वेले ठंड वध जांदी है। पंजाब दे विच मौसम विभाग ने कहा जी कि आउंदे 72 घंटे दे विच मीह कणी दी संभावना कोई नहीं। पंजाबों बाहरले सूबिआं दी गल करके हिमाचल दे वल ठंड सिरे दे उत्ते आ, जम्मू कश्मीर दे विच सिरे दे उत्ते आ, हिमाचल दे विच दिल्ली दे विच ठंड लगातार वधी हुई है। सो पंजाब दे विच इतकी ठंड लेट पई है, जाऊगी भी शायद लेट ही, पर मीह कणी की संभावना आउंदे 48 घंटे दे विच कोई है नहीं। पर बेनती है जी कि धुंद पै रही है, कोहरा पै रहा है, लोग बचा दे विच बचा दी अहमियत नूं समझण ते हौली हौली गड्डी चलाउण, जानी माली किसी का नुकसान ना होवे, हर कोई चढ़दी कला दे विच रहे, जिंदाबाद जिंदगी रहे, मौसम दे वरतारे आउंदे जांदे रहिंदे आ, पर असीं कुछ ना कुछ सिखीए, समझीए, पछाणीए ते जाणीए।